ਤ aí ਤੁਹਾਡਾ ਸਾਰੇ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੇ ਪਤਾ ਹੈ ਕਿ ਪੰਜਾਬ ਪਟਵਾਰੀ ਭਰਤੀ ਦਾ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਆ ਉਹ ਵੀ ਆ ਚੁੱਕਿਆ ਹੈ ਤਾਂ ਇੱਥੇ ਉਹਨਾਂ ਗੱਲ ਹੈ ਕਿ ਪੋਸਟਾਂ ਦੇ ਹਿਸਾਬ ਨਾਲ ਕਿਹੜੀ ਪੋਸਟ ਦਾ ਜਿਹੜਾ ਅਪਲਾਈ ਕੀਤਾ ਜਾਵੇ ਮਾਲ ਪਟਵਾਰੀ ਜ਼ਿਲੇਦਾਰ ਜਾਂ ਫਿਰ ਨੈਰੀ ਪਟਵਾਰੀ ਦੂਸਰੀ ਗੱਲ ਈਡਬਲਯੂਐਸ ਵਾਲੇ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਇਹਨਾਂ ਲਈ ਵੈਕੈਂਸੀ ਅਲੱਗ ਹੈ ਜਾਂ ਨਹੀਂ ਇਹਦੇ ਬਾਰੇ ਵੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਚਾਹੇ ਉਹ ਐਜੂਕੇਸ਼ਨਲ ਸੰਬੰਧਤ ਹੋਵੇ ਚਾਹੇ ਨਵੇਂ ਵੈਕੈਂਸੀ ਆਉਂਦੀ ਹੋਵੇ ਜੋ ਜੋ ਵੀ ਅਪਡੇਟ ਆਉਂਦੀ ਹੈ ਐਜੂਕੇਸ਼ਨਲ ਸੰਬੰਧਤ ਹਰ ਇੱਕ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਇਹ ਤੁਹਾਨੂੰ ਮਿਲ ਜਾਏਗਾ ਤਾਂ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਸਾਰੀ ਜਾਣਕਾਰੀ ਕਿਸ ਹਿਸਾਬ ਨਾਲ ਕਿੰਨੀ ਪੋਸਟ ਆਉਂਦੀ ਹੈ ਅਸੀਂ ਤੁਹਾਨੂੰ ਦੇਵਾਂਗੇ ਤਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਦਈਏ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਆਇਆ ਹੋਇਆ ਹੈਗਾ ਇਹਦੀ ਮਿਤੀਆਂ 14/1 ਨੂੰ ਇਹਦੀ ਕੱਲ ਡਿਟੇਲ ਆ ਗਈ ਸੀ ਅਖਬਾਰ ਦੇ ਵਿੱਚ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਜਿਹੜੀ 14/1/2021 ਹੈ ਸਾਈਟ ਫਿਲਹਾਲ ਵਿਜੀ ਹੈ ਰੀਪਲੱਸਵੀਪੰਜਾਬ.ਗਵਰਨਮੈਂਟ.ਇਨ ਆਨਲਾਈਨ ਅਪਲਾਈ ਅਤੇ ਸਬਮਿਟ ਕਰਨ ਦੀ ਆਖਰੀ ਮਿਤੀ 11/2/2021 ਹੈ ਅਤੇ ਫੀਸ ਭਰਨ ਦੀ ਆਖਰੀ ਮਿਤੀ ਜਿਹੜੀ ਉਹ 15/2 2021 ਹੈ ਸੋ ਇਹ ਤਰੀਕਾ ਧਿਆਨ ਦੇ ਵਿੱਚ ਰੱਖਿਓ ਅਤੇ ਟਾਈਮਸਰ ਅਪਲਾਈ ਕਰਦੇ ਹੋ ਤਾਂਗੇ ਚੱਲਦੇ ਆ ਜੀ ਤਾਂ ਇੱਥੇ ਇਹਨਾਂ ਨੇ ਸਾਫ਼ ਹੈ ਜਿਹੜਾ ਡਿਟੇਲ ਦਿੱਤੀ ਹੋਈ ਹੈ ਵੈਕੈਂਸੀਆਂ ਦੀ ਪਟਵਾਰੀ 1090 ਇਹ ਪਹਿਲਾਂ ਵੀ ਨੋਟੀਫਿਕੇਸ਼ਨ ਆਇਆ ਸੀ ਖਬਰਾਂ ਆਉਂਦੀ ਰਹਿੰਦੇ ਸੀ ਕਿ 1090 ਪਟਵਾਰੀਆਂ ਦੀ ਭਰਤੀ ਕੀਤੀ ਜਾਏਗੀ ਉਹੀ ਪੋਸਟਾਂ ਨੇ ਜ਼ਿਲੇਦਾਰ 32+4 ਅਤੇ ਕਲਰਕ ਪਟਵਾਰੀ ਨੇ ਜਿਹੜੀਆਂ 26 ਪੋਸਟਾਂ ਨੇ ਦਾ ਟੋਟਲ ਇਕੱਠੀਆਂ ਕਰਕੇ ਬਣਦੀਆਂ ਨੇ 1152 ਤਾਂ ਅੱਗੇ ਕੈਟਾਗਰੀ ਵਾਈਜ਼ ਨੇਗੀਆਂ ਪਹਿਲਾ ਪਟਵਾਰੀ ਰੈਵਨਿਊ ਦੀ ਗੱਲ ਕਰਾਂਗੇ ਤਾਂ ਜਰਨਲ ਦੀਆਂ ਇਹਦੇ ਵਿੱਚ ਬਣਨਗੀਆਂ 406 ਪੋਸਟਾਂ ਸ਼ਡਿਊਲ ਕਾਸਟ ਐਮਬੀ ਇਹਨਾਂ ਦੀਆਂ ਬਣਨਗੀਆਂ 117 ਸ਼ਡਿਊਲ ਕਾਸਟ ਅਰਮਦਾਸੀਆ ਅਤੇ ਆਦਰ ਇਹਨਾਂ ਦੀਆਂ ਬਣਨਗੀਆਂ 91 ਪੋਸਟਾਂ ਬੈਕਵਰਡ ਕਲਾਸ ਇਹਨਾਂ ਦੀ ਬਣਦੀਆਂ 114 ਪੋਸਟਾਂ ESM ਜਰਨਲ ਇਹਨਾਂ ਦੀ ਬਣਦੀਆਂ 93 ਪੋਸਟਾਂ ESM SC ਅਤੇ MB ਇਹਨਾਂ ਦੀ ਬਣਦੀਆਂ 27 ਪੋਸਟਾਂ ESM SCR ਅਤੇ O ਇਹਨਾਂ ਦੀ ਬਣਦੀਆਂ 26 ਪੋਸਟਾਂ ESM BC ਇਹਨਾਂ ਦੀ ਬਣਦੀਆਂ 21 ਪੋਸਟਾਂ ਜਰਨਲ ਸਪੋਰਟਸ ਵਾਲੇ ਦੀ ਬਣਦੀਆਂ 20 ਪੋਸਟਾਂ SC ਅਤੇ MB ਸਪੋਰਟਸ ਵਾਲੀਆਂ ਬਣਨੀਆਂ 10 ਪੋਸਟਾਂ ਸਪੋਰਟਸ ਐਸਸੀ ਅਤੇ ਆਰਓ ਇਹਨਾਂ ਦੀ ਬਣਨੀਆਂ 6 ਪੋਸਟਾਂ ਫਿਜ਼ੀਕਲ ਹੈਂਡੀਕੈਪ ਇਹਨਾਂ ਦੀ ਬਣਨਗੀਆਂ 29 ਪੋਸਟਾਂ ਫਰੀडम फाइਟਰ ਇਹਨਾਂ ਦੀਆਂ 13 ਪੋਸਟਾਂ ਨੇ ਵੀਕਰ ਸੈਕਸ਼ਨ ای ਡਬਲਯੂ ਐਸ ਇਹਨਾਂ ਦੀ ਬਣਨਗੀਆਂ 117 ਪੋਸਟਾਂ ਤਾਂ ਇਹ ਪਟਵਾਰੇ ਦੀਆਂ 1090 ਟੋਟਲ ਪੋਸਟਾਂ ਹੋ ਗਈਆਂ ਤਾਂ ਦੂਸਰੀ ਗੱਲ ਕਲਰਕ ਪਟਵਾਰੀ ਦੀ ਇਰੀਗੇਸ਼ਨ ਬੁਕਿੰਗ ਕਲਰਕ ਪਟਵਾਰੀ ਤਾਂ ਡੀ ਦੇ ਵਿੱਚ ਆਉਂਦੀਆਂ ਨੇ ਇਹ ਤਾਂ ਜਰਨਲ ਦੀਆਂ ਇਹਦੇ ਵਿੱਚ ਮੈਨ ਦੀਆਂ 8 ਪੋਸਟਾਂ ਨੇ ਅਤੇ ਊਮੈਨ ਦੀਆਂ 2 ਪੋਸਟਾਂ ਨੇ ਸ਼ਡਿਊਲ ਕਾਸਟ ਐਮ ਅਤੇ ਬੀ ਮੈਨ ਦੀਆਂ 2 ਪੋਸਟਾਂ ਨੇ ਊਮੈਨ ਦੀ 1 ਪੋਸਟ ਹੈ ਸ਼ਡਿਊਲ ਕਾਸਟ ਰਮਦਾਸੀਆ ਤੇ ਹੋਰ ਇਹਨਾਂ ਲਈ men ਅਤੇ women ਇੱਕ ਇੱਕ ਪੋਸਟ ਹੈ ਬੈਕਵਰਡ ਕਲਾਸ ਇਹਨਾਂ ਲਈ ਵੀ men ਅਤੇ women ਇਹਨਾਂ ਲਈ ਇੱਕ ਪੋਸਟ ਹੈ ESM ਜਰਨਲ ਇਹਨਾਂ ਲਈ ਇੱਕ ਪੋਸਟ ਹੈਗੀ ਇਸ ਤੋਂ ਇਲਾਵਾ 6 ਅਤੇ 7 ਕਾਲਮ ESM SC ਅਤੇ MB ESM SC ਅਤੇ RO ਇਹਨਾਂ ਦੀ ਇੱਕ ਪੋਸਟ ਹੈ ਅਗੇ 10ਵੇਂ ਨੰਬਰ ਕਾਲਮ ਤੇ ਇਹਨਾਂ ਨੇ ਦਿੱਤੀ ਹੋਈ ਹੈ ਸਪੋਰਟਸ ਐਸਸੀ ਅਤੇ ਐਮਬੀ ਇਹਨਾਂ ਲਈ ਵੀ ਇੱਕ ਪੋਸਟ ਹੈ ਇਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪਡ ਐਮਆਈ ਅਤੇ ਐਮਡੀ ਇਹਨਾਂ ਲਈ ਵੀ ਇੱਕ ਪੋਸਟ ਦਿੱਤੀ ਹੈ ਫਰੀडम फाइਟਰ ਇਹਨਾਂ ਲਈ ਤਿੰਨ ਪੋਸਟਾਂ ਨੇ ਅਤੇ ਵੀਕਰ ਸੈਕਸ਼ਨ ਵਾਲੇ ਵਾਸਤੇ ਮੈਨ ਅਤੇ ਊਮਨ ਇਹਨਾਂ ਲਈ ਵੀ ਇੱਕ ਇੱਕ ਪੋਸਟ ਹੈ ਤਾਂ ਟੋਟਲ ਇਹ ਬਣਨੀ ਆ 26 ਪੋਸਟਾਂ ਅੱਗੇ ਗੱਲ ਕਰਦੇ ਆ ਅੱਗੇ ਗੱਲ ਕਰਦੇ ਆ ਜੀ ਜ਼ਿਲ੍ਹੇਦਾਰ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਤਾਂ ਇਹਦੇ ਵਿੱਚ ਮੈਨ ਵੂਮਨ ਦੀ ਡੀਟੇਲ ਦਿੱਤੀ ਹੋਈ ਹੈ ਪਹਿਲਾ ਜਨਰਲ ਕੈਟਾਗਰੀ ਦੀ ਵਿੱਚ ਮੈਨ ਦੀਆਂ 4 ਪੋਸਟਾਂ ਨੇ ਤੇ ਵੂਮਨ ਦੀਆਂ 2 ਪੋਸਟਾਂ ਨੇ ਸ਼ੈਡਿਊਲ ਕਾਸਟ ਐਮ ਅਤੇ ਬੀ ਮੈਨ ਦੀਆਂ 4 ਨੇ ਵੂਮਨ ਦੀ ਇੱਕ ਪੋਸਟ ਹੈ ਸ਼ੈਡਿਊਲ ਕਾਸਟ ਰਮਦਾਸੀਆ ਤੇ ਹੋਰ ਇਨਾ ਵਾਸਤੇ ਮੈਨ ਦੇ ਵਿੱਚ ਕੇਵਲ ਪੰਜ ਪੋਸਟਾਂ ਨੇ ਔਮੈਨ ਵਾਸਤੇ ਕੋਈ ਪੋਸਟ ਨਹੀਂ ਹੈ ਬੈਕਵਰਡ ਕਲਾਸ ਇਹਦੇ ਵਿੱਚ ਜੋ ਮੈਨ ਦੀਆਂ ਤਿੰਨ ਪੋਸਟਾਂ ਨੇ ਔਮੈਨ ਦੀ ਇੱਕ ਪੋਸਟ ਹੈ ਈਐਸਐਮ ਜਰਨਲ ਇਹਦੇ ਵਾਸਤੇ ਚਾਰ ਪੋਸਟਾਂ ਨੇ ਈਐਸਐਮ ਐਸਸੀ ਅਤੇ ਐਮਬੀ ਇਹਦੇ ਵਾਸਤੇ ਇੱਕ ਪੋਸਟ ਹੈ ESM, SC ਅਤੇ RO ਇਹਨਾਂ ਲਈ ਵੀ ਇੱਕ ਪੋਸਟ ਐ ਕੋਮਨ ਦਿੱਤੀ ਹੋਈ ਐ 6ਵੇਂ ਅਤੇ 7ਵੇਂ ਕਾਲਮ ਦੇ ਨਾਲ ਸੰਬੰਧਤ 8ਵੇਂ ਨੰਬਰ ਤੋਂ ਇਹ ESM, BC ਇਹਨਾਂ ਦੀ ਵੀ ਇੱਕ ਪੋਸਟ ਐ ਸਪੋਰਟਸ ਜਰਨਲ ਇਹਨਾਂ ਦੀ ਵੀ ਇੱਕ ਪੋਸਟ ਐ ਸਪੋਰਟਸ SC ਅਤੇ MB ਇਹਨਾਂ ਦੀ ਵੀ ਇੱਕ ਪੋਸਟ ਐ ਫਿਜ਼ੀਕਲ ਹੈਂਡੀਕੈਪਡ ਇਹਨਾਂ ਦੀ ਪੋਸਟ ਇਹਦੇ ਵਿੱਚ ਨਹੀਂ ਦਿੱਤੀ ਗਈ ਫਿਜ਼ੀਕਲੀ ਹੈਂਡੀਕੈਪਡ VH ਇਹਨਾਂ ਲਈ ਇੱਕ ਪੋਸਟ ਐ ਫਿਜ਼ੀਕਲ ਹੈਂਡੀਕੈਪਡ ਐਚ ਐਚ ਇਹਨਾਂ ਦੀ ਵੀ ਇੱਕ ਪੋਸਟ ਦਿੱਤੀ ਗਈ ਹੈ ਇਸ ਤੋਂ ਬਾਅਦ 17ਵੇਂ ਨੰਬਰ ਕਾਲਮ ਤੇ ਵੀਕਰ ਸੈਕਸ਼ਨ ای ਡਬਲਯੂ ਐਸ ਇਹਨਾਂ ਲਈ men ਅਤੇ women ਲਈ ਇੱਕ ਇੱਕ ਪੋਸਟ ਦਿੱਤੀ ਗਈ ਹੈ ਤਾਂ ਟੋਟਲ ਇਹ ਬਣ ਗਈਆਂ 32 ਪੋਸਟਾਂ ਤਾਂ ਅੱਗੇ ਇਹਨਾਂ ਨੇ ਜ਼ਿਲ੍ਹੇਦਾਰ ਦੇ ਵਿੱਚ ਹੋਰ ਪੀ ਡਬਲਯੂ ਆਰ ਐਮ ਡੀ ਸੀ ਦੇ ਵਿੱਚ ਦਿੱਤਾ ਹੋਇਆ ਹੈ men women ਜਨਰਲ ਕੈਟਾਗਰੀ ਦੀ ਇੱਕ ਇੱਕ ਪੋਸਟ ਹੈ ਸ਼ਡਿਊਲ ਕਾਸਟ ਐਮ ਤੇ ਬੀ ਇਹਨਾਂ ਦੀ ਇੱਕ ਪੋਸਟ ਦਿੱਤੀ ਗਈ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਇਹਨਾਂ ਨੇ ਜੋ 17ਵੇਂ ਨੰਬਰ ਕਾਲਮ ਤੇ ਵੀ ਇੱਕ ਪੋਸਟ ਹੈ ਜਿਹੜੀ ਉਹ ਦਿੱਤੀ ਗਈ ਹੈ ای ਡਬਲਯੂ ਐਸ ਵੀਕਰ ਸੈਕਸ਼ਨ ਇਕਨੋਮਿਕਲੀ ਤਾਂ ਇਹਨਾਂ ਲਈ ਵੀ ਇੱਕ ਪੋਸਟ ਹੈ ਉਹ ਵੀ ਮੈਨ ਦੇ ਵਾਸਤੇ ਤਾਂ ਟੋਟਲ ਇਹ ਚਾਰ ਪੋਸਟਾਂ ਬਣਦੀਆਂ ਨੇ ਤਾਂ ਇਹਨਾਂ ਸਾਰਿਆਂ ਦਾ ਜੋੜ ਹੈ ਜਿਹੜਾ ਉਹ 1152 ਪੋਸਟ ਬਣਦੀ ਹੈ ਤਾਂ ਇਸ ਤੋਂ ਇਲਾਵਾ ਗੱਲ ਕਰਦੇ ਆ ਈਡਬਲਯੂਐਸ ਦੀ ਤਾਂ ਇਹਨਾਂ ਦੇ ਵਿੱਚ ਉਹਨਾਂ ਨੇ ਕੋਈ ਵੈਕੈਂਸੀ ਨਹੀਂ ਦਿੱਤੀ ਹੈ ਸਿਵਾਏ ਵੀਕਰ ਸੈਕਸ਼ਨ ਵਾਲ ਨੂੰ ਛੱਡ ਕੇ ਈਡਬਲਯੂਐਸ ਯਾਨੀ ਕਿ ਇਹਦੇ ਵਿੱਚ ਕੋਈ ਵੈਕੈਂਸੀ ਨਹੀਂ ਰੱਖੀ ਤਾਂ ਦੂਸਰੀ ਗੱਲ ਕਰਦੇ ਆ ਕਿਹੜੀ ਪੋਸਟ ਤੇ ਤੁਸੀਂ ਅਪਲਾਈ ਕੀਤਾ ਜਾਵੇ ਜ਼ਿਆਦਾ ਫਾਇਦਾ ਰਹੇਗਾ ਤਾਂ ਸਾਡੇ ਅਕੋਰਡਿੰਗ ਹੈ ਤਾ ਪਟਵਾਰੀ ਵਾਲੀ ਵਾਸਤੇ ਮਾਲ ਪਟਵਾਰੀ ਵਾਸਤੇ ਸੀ ਕਾਲ ਵਾਲੇ ਵਾਸਤੇ ਤੁਸੀਂ ਅਪਲਾਈ ਕਰਨਾ ਜਿਹੜਾ ਉਹ ਚੰਗਾ ਰਹੇਗਾ ਕਿਉਂਕਿ ਜਨਰਲ ਦੀਆਂ 406 ਪੋਸਟਾਂ ਨੇ ਅਤੇ ਆਦਰ ਕਾਸਟ ਦੀਆਂ ਵੀ ਇਹਦੇ ਵਿੱਚ ਦੇਖਣਯੋਗ ਪੋਸਟਾਂ ਹੈਗੀਆਂ ਨੇ ਇਸ ਦੀ ਜ਼ਿਆਦਾ ਤੁਹਾਨੂੰ ਤਿਆਰੀ ਕਰਨ ਦਾ ਫਾਇਦਾ ਹੋਏਗਾ ਚਾਂਸ ਨੇ ਨੰਬਰ ਆਉਣ ਦੇ ਬਾਕੀ ਦੇ ਵਿੱਚ ਕਿਸੇ ਚ 8 ਪੋਸਟਾਂ ਨੇ ਤੁਸੀਂ ਦੇਖ ਹੀ ਲਿਆ ਕਿਸੇ ਚ 2 ਨੇ ਕਿਸ ਚ 4 ਹੈ ਕਿਸੇ ਦੇ ਵਿੱਚ 1 ਹੈ ਇਸ ਤੋਂ ਜ਼ਿਆਦਾ ਪੋਸਟਾਂ ਨਹੀਂ ਹੈ ਸੋ ਮਾਲ ਪਟਵਾਰੀ ਦੇ ਵਿੱਚ ਜਿਆਦਾ ਮਕੈਂਸੀਆਂ ਨੇ ਹਰ ਇੱਕ ਕਲਾਸ ਲਈ ਚਾਹੇ ਉਹ ਵੈਕਵਰਡ ਕਲਾਸ 114 ਨੇ ਈਸਮ ਜਰਨਲ 93 ਨੇ ਤਾਂ ਇਹਦੇ ਵਿੱਚ ਅਗਰ ਤੁਸੀਂ ਤਿਆਰੀ ਕਰਦੇ ਹੋ ਤਾਂ ਚਾਂਸ ਬਣ ਸਕਦਾ ਹੈ ਤੁਹਾਡਾ ਨੰਬਰ ਪੈਣ ਦਾ ਬਾਕੀ ਇਹ ਤੁਹਾਡੇ ਤੇ ਡਿਪੈਂਡ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮਾਲ ਪਟਵਾਰੀ ਦੇ ਵਿੱਚ ਸਭ ਤੋਂ ਜ਼ਿਆਦਾ ਵੈਕੈਂਸੀਆਂ ਨੇ ਕਾਸਟ ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਇਹਨਾਂ ਨੇ ਵੰਡ ਕੀਤੀ ਹੈ ਤੇ ਬਾਕੀ ਨੇ ਵਿੱਚ ਇੱਕ ਇੱਕ ਪੋਸਟ ਦੋ ਦੋ ਪੋਸਟ ਜਿਆਦਾ ਤੋਂ ਜਿਆਦਾ ਅੱਠ ਪੋਸਟਾਂ ਨੇ ਜਾਂ ਫਿਰ 4 2 1 ਸੋ ਇਹ ਤੁਹਾਡੇ ਤੇ ਡਿਪੈਂਡ ਹੈ ਤਾਂ ਅਸੀਂ ਤੁਹਾਡੇ ਨਾਲ ਜੋ ਵੀ ਇਹ ਵੈਕੈਂਸੀ ਨਾਲ ਸੰਬੰਧਤ ਜਾਣਕਾਰੀ ਸੀ ਸ਼ੇਅਰ ਕੀਤੀ ਹੈ ਬਾਕੀ ਕਰੰਟ ਅਫੇਅਰ ਅਸੀਂ ਸਟਾਰਟ ਕਰ ਦਾਂਗੇ ਪੰਜਾਬੀ ਲੈਂਗੁਏਜ ਦੇ ਵਿੱਚ ਕੱਲ ਅਸੀਂ VOTING ਕਰਵਾਈ ਸੀ ਕਮਿਊਨਿਟੀ ਟਾਈਮ ਦੇ ਵਿੱਚ ਪੋਸਟ ਪਾਈ ਸੀ ਤਾਂ ਜਲਦੀ ਤੁਹਾਨੂੰ ਕਰੰਟ ਅਫੇਅਰ ਸਟਾਰਟ ਕਰ ਦਾਂਗੇ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਹਰ ਇੱਕ ਐਗਜ਼ਾਮ ਦੇ ਵਿੱਚ ਇਹਦੇ ਕੁਐਸਚਨ ਜਿਹੜੇ ਪੁੱਛੇ ਜਾਂਦੇ ਆ ਸੋ ਬਾਕੀ ਹੋਰ ਕੋਈ ਜਾਣਕਾਰੀ ਹੋਊਗੀ ਇਹਨਾਂ ਵੈਕੈਂਸੀ ਨਾਲ ਸੰਬੰਧਤ ਸਮੇਂ ਸਿਰ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ